ਹਾਂਜੀ ਗੁਰੂ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਤੁਹਾਨੂੰ ਕਮਾਉਂਦੇ ਆ ਗਰਮਾ ਗਰਮ ਗੁੜ। ਇਹ ਪਾਇਆ ਹੋਇਆ ਜਾਮਣ ਦੇ ਪੱਤੇ ਉੱਤੇ ਗਰਮਾ ਗਰਮ ਗੁੜ ਇੱਥੇ ਨਾਲੋ ਨਾਲ ਬਣ ਰਿਹਾ ਜੀ, ਤਿਆਰ ਕਰ ਰਿਹਾ। ਚਾਚਾ ਬਲਕਾਰ ਸਿੰਘ ਜੀ ਵੀ ਲੱਗੇ ਹੋਏ ਆ ਅੱਗ ਬਾਲ ਕੇ ਅਤੇ ਕੜਾਹੀ ਦੇ ਵਿੱਚ, ਪਰ ਉਹਨੂੰ ਪਿਆਰ ਕਰਕੇ ਉੱਥੇ ਲੱਗੀਆਂ ਗੁੜ ਦੀਆਂ ਪੀਸੀਆਂ ਅਤੇ ਆਪਾਂ ਖਾਈ ਜਾਂਦੇ ਗਰਮਾ ਗਰਮ ਗੁੜ। ਅਤੇ ਆ ਜਾਓ ਜੀ ਤੁਸੀਂ ਵੀ ਸ਼ਗੋ ਨਾਲੋ ਨਾਲ ਗਰਮਾ ਗਰਮ ਗੁੜ ਅਤੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਡੇ ਪਿੰਡਾਂ ਵਿੱਚ ਬਣਦਾ ਜੀ ਗੁੜ। ਅਤੇ ਮੈਂ ਸਾਰਿਆਂ ਨੂੰ ਦਿਖਾਉਂਦੇ ਵੀਡੀਓ ਰਾਹੀਂ, ਸਾਰੀ ਵੀਡੀਓ ਦੇਖੋ ਅਤੇ ਖਾਓ ਤੁਸੀਂ ਵੀ ਗਰਮਾ ਗਰਮ ਗੁੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਆਪਾਂ ਪਹੁੰਚੇ ਪਏ ਆਪਣੇ ਪਿੰਡ ਖੇੜਾ ਦੋਨਾਂ ਵਿੱਚ ਹੀ, ਜਿੱਥੇ ਕਿ ਸਰਦਾਰ ਮਨਜੀਤ ਸਿੰਘ ਜੀ ਬਣਾ ਰਹੇ ਆ ਗੁੜ। ਅਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ ਅੱਜ ਸਾਡੇ ਪਿੰਡਾਂ ਵਿੱਚ ਕਿੱਦਾਂ ਬਣਦਾ ਗੁੜ। ਪਹਿਲੇ ਇੱਦਾਂ ਹੀ ਭੱਠੀ ਥੱਲੇ ਬਾਲੀ ਜਾਂਦੀ ਅੱਗ, ਤੁਹਾਨੂੰ ਜ਼ਿਆਦਾ ਪਤਾ ਕਿਹਦੇ ਵਿੱਚ ਭਾਅ ਜੀ, ਚੁੰਬੇ 'ਚ। ਅਤੇ ਉਹਦੇ ਉੱਤੇ ਫਿਰ ਇੱਦਾਂ ਪਰਤ ਲਾਉਂਦੇ ਆ ਜੀ, ਰੱਖਦੇ ਆ ਕੜਾਹੀ ਤੋਂ ਉਹਦੇ 'ਚ ਰੋਹ ਪਾਉਂਦੇ ਆ, ਇੱਦਾਂ ਲਾਈ ਜਾਂਦੇ, ਨਾਲ ਥੱਲੇ ਅੱਗ ਬਾਲੀ ਜਾਂਦੇ ਆ ਤਾਂ ਧੂੰਆਂ ਉੱਧਰੋਂ ਨਿਕਲੀ ਜਾਂਦਾ ਵਾ। ਇੱਧਰ ਫਿਰ ਗਰਮ ਗਰਮ ਗੁੜ ਇੱਧਰ ਹੋ ਜਾਂਦਾ ਤਿਆਰ, ਅਤੇ ਫਿਰ ਇੱਦਾਂ ਲਾਈ ਜਾਂਦੇ ਪੇਸੀਆਂ। ਮੈਂ ਕਿਹਾ ਸਾਰਿਆਂ ਨੂੰ ਦਿਖਾਉਂਦੇ ਹਾਂ ਕਿੱਦਾਂ ਘਰਾਂ ਵਿੱਚ ਗੁੜ ਤਿਆਰ ਕੀਤਾ ਜਾਂਦਾ ਵਾ। ਇਹ ਗੁੜ ਦੇ ਵਿੱਚ ਇੱਦਾਂ ਕੋਈ ਵੀ ਮਿਲਾਵਟ ਨਹੀਂ ਹੁੰਦੀ, ਇਹ ਘਰ ਦਾ ਓਰੀਜਨਲ ਗੁੜ ਆ। ਅਤੇ ਗੰਨੇ ਬਿਲਕੁਲ ਧੋ ਕੇ ਸਾਫ਼ ਕਰਕੇ ਅਤੇ ਫਿਰ ਉਹਦੇ ਵਿੱਚ ਰੋਹ ਕੱਢੀ ਜਾਂਦੀ ਵੇਲਣੇ ਵਿੱਚ ਦੀ। ਅਤੇ ਜੇ ਕਿਸੇ ਨੇ ਗਰਮ ਗਰਮ ਵੀ ਖਾਣਾ ਹੋਇਆ ਤਾਂ ਪੱਤੇ 'ਤੇ ਪਾ ਕੇ ਜਾਮਣ ਦੇ, ਉਹ ਜਾਮਣ ਲੱਗੀ ਉਹਦੇ ਪੱਤੇ 'ਤੇ ਪਾ ਕੇ ਮੈਂ ਖਾ ਕੇ ਹਟਿਆ ਵਾਂ, ਬਹੁਤ ਸਵਾਦ ਹੁੰਦਾ ਵਾ। ਆਹ ਦੇਖ ਲਓ ਇੱਦਾਂ ਬਣਦੀਆਂ ਪੇਸੀਆਂ। ਸਾਰਿਆਂ ਨੂੰ ਮੈਂ ਦਿਖਾਉਂਦਾ ਹਾਂਜੀ ਹਾਂਜੀ ਇੱਦਾਂ ਦੇਖ ਲਓ ਪੱਲੀ। ਇਹ ਬੂਰੇ ਦੇ ਕੱਟ ਕੇ ਕਟਿੰਗ ਕੀਤਾ ਬੂਰੇ ਨੂੰ, ਅਤੇ ਉਹਦੇ ਉੱਪਰ ਹੀ ਪੇਸੀਆਂ ਰੱਖੀਆਂ ਜਾਂਦੀਆਂ ਵਾ। ਅਤੇ ਇੱਧਰੋਂ ਨਾਲ ਨਾਲ ਗੁੜ ਦੀਆਂ ਪੇਸੀਆਂ ਬਣਾ ਕੇ ਇੱਦਾਂ ਉਹ ਵੇਸਣ ਹਲਵਾਈ ਜਿੱਦਾਂ ਰੱਖਦੇ ਹੁੰਦੇ ਨੇ ਉਹਦੇ ਵਿੱਚ ਟਰੇ 'ਚ, ਉੱਦਾਂ ਹੀ ਇਹ ਵੀ ਇੱਕ ਵੇਸਣ ਦੀ ਤਰ੍ਹਾਂ ਹੀ ਪੇਸੀਆਂ। ਮੈਂ ਕਿਹਾ ਸਾਰਿਆਂ ਨੂੰ ਦਿਖਾਉਂਦੇ ਵੀ ਕਿੱਦਾਂ ਭੱਠੀ ਚੱਲਦੀ ਹੁੰਦੀ ਆ, ਇੱਦਾਂ ਬਲਦੀ ਉਹ ਅੱਗ ਥੱਲੇ। ਤਾਇਆ ਬਲਕਾਰ ਸਿੰਘ, ਉਮਰ 62 ਸਾਲ, ਪੁਰਾਣਾ ਤਜਰਬੇਕਾਰ, ਕਹਿੰਦੇ ਜਿੱਥੇ ਗੁੜ ਬਣਦਾ ਵੀ ਨਾਲੋਂ ਨਾਲ ਫਿਰ ਡਿਊਟੀ ਇਹਨਾਂ ਦੀ ਵੀ ਨਾਲ ਲੱਗ ਜਾਂਦੀ ਆ। ਹੁਣ ਉਹ ਅਖੜਾ ਜੀ ਵੇਲਣਾ ਜਿੱਥੇ ਗੰਨੇ ਧੋ ਕੇ ਅਤੇ ਬਿਲਕੁਲ ਨਾਲ ਟਰੈਕਟਰ ਦੇ ਨਾਲ ਗੰਨਾ ਵੇਲਣਾ ਜੁੜਿਆ ਹੋਇਆ ਵਾ, ਅਤੇ ਉਹ ਫਿਰ ਗੰਨੇ ਦੀ ਰਸ ਉਹਦੇ ਵਿੱਚ ਦੀ ਟੱਪ ਵਿੱਚ ਨਿਕਲ ਕੇ ਅਤੇ ਫਿਰ ਇੱਥੇ ਟੱਪ ਭਰ ਭਰ ਕੇ ਅਤੇ ਲਿਆ ਕੇ ਅਤੇ ਇਹਦੀ ਕੜਾਹੀ ਦੇ ਵਿੱਚ ਪਾਏ ਜਾਂਦੇ ਆ। ਅਤੇ ਫਿਰ ਕੜਾਹੀ ਵਿੱਚ ਪਾ ਕੇ ਅਤੇ ਸੇਕ ਦੇ ਕੇ ਅਤੇ ਉਹਨੂੰ ਰੋਹ ਨੂੰ ਚੰਗੀ ਤਰ੍ਹਾਂ ਵਾਲਿਆ ਜਾਂਦਾ ਵਾ। ਫਿਰ ਉੱਤੇ ਜਿਹੜੀ ਮੈਲ ਆਉਂਦੀ ਆ ਤਾਂ ਉਹਨੂੰ ਟੋਕਰੇ ਦੇ ਵਿੱਚ ਇੱਦਾਂ ਕੱਢਿਆ ਜਾਂਦਾ ਵਾ। ਕੱਢਣ ਤੋਂ ਬਾਅਦ ਦੇ ਵਿੱਚ ਅਤੇ ਉੱਧਰ ਸਾਈਡ ਦੇ ਉੱਤੇ ਇੱਦਾਂ, ਅਤੇ ਇਹ ਫਿਰ ਕੜਾਹੀ ਦੇ ਵਿੱਚੋਂ ਵੱਡੇ ਕੜਾਹੀ ਦੇ ਵਿੱਚੋਂ ਗੰਢ ਦੇ ਵਿੱਚ ਪਾਏ ਜਾਂਦੇ ਆ, ਅਤੇ ਗੁੜ ਬਣਾ ਕੇ ਅਤੇ ਉਹਦੇ ਵਿੱਚ ਫਿਰ ਜੰਮ ਜਾਂਦਾ। ਅਤੇ ਉਹਦੇ 'ਚ ਨਾਲ ਫਿਰ ਪੇਸੀਆਂ ਕਿੰਨਾ ਚੰਨਣੀ ਨਾਲ ਚੰਨਣੀ ਨਾਲ ਫਿਰ ਪੇਸੀਆਂ ਲਾਈਆਂ ਜਾਂਦੀਆਂ, ਅਤੇ ਉਹ ਲੱਕੜ ਦੀਆਂ ਹੀ ਬਣਾਈਆਂ ਹੋਈਆਂ ਚੰਨਣੀਆਂ, ਅਤੇ ਉਹਦੇ ਨਾਲ ਫਿਰ ਗੁੜ ਲਾਇਆ ਜਾਂਦਾ ਵਾ ਜੀ। ਹੁਣ ਤੁਹਾਨੂੰ ਦਿਖਾਉਂਦੇ ਹਾਂ, ਆਹ ਦੇਖੋ ਇੱਦਾਂ ਦੇਖ ਲਓ ਪੇਸੀ ਲੱਗਦੀ ਆ। ਸਰਦਾਰ ਮਨਜੀਤ ਸਿੰਘ ਜੀ ਬਣਾ ਰਹੇ ਗੁੜ, ਅਤੇ ਤੁਸੀਂ ਵੀ ਦੇਖ ਲਓ ਵੀ ਖੇੜੇ ਤੋਂ ਨਹੀਂ ਧਰਦੀ ਰਹੇ ਕਿੱਦਾਂ ਗੁੜ ਬਣਦਾ ਵਧੀਆ ਤਰੀਕੇ ਨਾਲ। ਇਹ ਗੁੜ ਮੇਰੇ ਹਿਸਾਬ ਨਾਲ ਤੁਹਾਨੂੰ ਕਿਤੇ ਨਹੀਂ ਮਿਲਣਾ, ਇੰਨਾ ਸਾਫ਼ ਸੁਥਰਾ ਅਤੇ ਵਧੀਆ ਗੁੜ ਜਿਹੜਾ ਇਹ ਬਣਾ ਰਹੇ ਆ, ਕਿਉਂਕਿ ਆਪਦੇ ਹੀ ਘਰ ਦੇ ਖੇਤੀ ਕਰਦੇ ਆ, ਅਤੇ ਉਹਦੇ ਵਿੱਚ ਫਿਰ ਗੰਨੇ ਬੀਜ ਕੇ ਅਤੇ ਉਹਨਾਂ ਨੂੰ ਇਹ ਗੰਨਿਆਂ ਨੂੰ ਧੋ ਸਵਾਰ ਕੇ ਉਹ ਦੇਖੋ ਅਤੇ ਉਹਦੇ ਵਿੱਚ ਰੋਹ ਕੱਢ ਕੇ ਅਤੇ ਫਿਰ ਇੱਥੇ ਕੜਾਹੀ ਦੇ ਵਿੱਚ
ਉਬਾਲਿਆ ਜਾਂਦਾ ਅਤੇ ਜਿਹੜੀ ਜਿਹੜੀ ਥੋੜ੍ਹੀ ਥੋੜ੍ਹੀ ਮੈਲ ਆਉਂਦੀ ਉਹਨੂੰ ਸਾਫ਼ ਸੁਥਰਾ ਕੀਤਾ ਜਾਂਦਾ ਅਤੇ ਫਿਰ ਇਹਦੇ ਵਿੱਚ ਲਿਆਉਂਦਾ ਜਾਂਦਾ ਵਾ ਗੰਢ ਦੇ ਵਿੱਚ ਅਤੇ ਉਹਦੇ ਨਾਲ ਫਿਰ ਚਾਨਣੀਆਂ ਦੇ ਨਾਲ ਇਹ ਪੇਸੀਆਂ ਲਾਈਆਂ ਜਾਂਦੀਆਂ ਜੀ ਅਤੇ ਦੇਖ ਲਓ ਜੀ ਅਤੇ ਫਿਰ ਆਹ ਟੋਕਰੇ ਦੇ ਵਿੱਚ ਚਾਦਰ ਵਿਛਾ ਕੇ ਅਤੇ ਇਹਦੇ ਵਿੱਚ ਫਿਰ ਗੁੜ ਰੱਖਿਆ ਜਾਂਦਾ ਜੀ ਜਦੋਂ ਇਹਦੇ ਪੇਸੀਆਂ ਬਣ ਜਾਂਦੀਆਂ ਵਾ ਹੁਣ ਤੁਹਾਨੂੰ ਮੈਂ ਵੇਲਣੇ ਕੋਲ ਲੈ ਕੇ ਚੱਲਦਾ ਉੱਧਰ ਰੰਮੀ ਪ੍ਰਧਾਨ ਜੀ ਲੱਗੇ ਆ ਵੀ ਰਸ ਕੱਢਣ ਲਓ ਜੀ ਰੰਮੀ ਵੀਰ ਆਪਣਾ ਕੱਢੀ ਜਾਂਦਾ ਰਸ ਤਾਂ ਮੈਂ ਦਿਖਾਉਂਦਾ ਸਾਰਿਆਂ ਨੂੰ ਟਰੈਕਟਰ ਦੇਖ ਲਓ ਪੁਰਾਣੇ ਮਾਡਲ ਦਾ ਜੀ ਬਹੁਤ ਵਧੀਆ ਅਤੇ ਅੱਜ ਤੱਕ ਚੱਲ ਰਿਹਾ ਜੀ ਇੱਦਾਂ ਨਿਕਲਦੀ ਆ ਰੋ ਦਿਖਾਈਏ ਸਾਰਾ ਰੋਹ ਨਿਕਲਦੀ ਜਿੱਦਾਂ ਰੋਹ ਨਿਕਲਦੀ ਹੈ ਅਤੇ ਗੰਨੇ ਬਿਲਕੁਲ ਧੋ ਕੇ ਸਵਾਰ ਕੇ ਸਾਫ਼ ਸੁਥਰੇ ਕਰਕੇ ਅਤੇ ਫਿਰ ਇੱਥੇ ਲਿਆ ਕੇ ਲਾਗੇ ਰੱਖੇ ਜਾਂਦੇ ਆ ਅਤੇ ਫਿਰ ਇਹਦੇ 'ਚੋਂ ਰਸ ਕੱਢੀ ਜਾਂਦੀ ਆ ਰਸ ਕੱਢ ਕੇ ਅਤੇ ਉੱਧਰ ਬਾਕੀ ਤੁਹਾਨੂੰ ਦਿਖਾਇਆ ਹੀ ਆ ਅਤੇ ਉੱਧਰ ਕੜਾਹੀ ਲੱਗੀ ਅਤੇ ਇੱਕ ਇੱਥੇ ਇੱਕ ਹੋਰ ਸੇਫਟੀ ਆ ਚਾਰ ਚੁਫੇਰੇ ਕੰਧਾਂ ਆ ਤੁਹਾਡੇ ਘੱਟੇ ਮਿੱਟੀ ਤੋਂ ਬਿਲਕੁਲ ਬਚਾਇਆ ਇੱਥੇ ਮਿੱਟੀ ਘੱਟਾ ਬਿਲਕੁਲ ਹੈ ਨਹੀਂ ਗਾ ਜਿਹਦੇ ਵਿੱਚ ਬਿਲਕੁਲ ਆਪਣੇ ਖੂਹ ਦੇ ਉੱਤੇ ਆ ਸਤਨਾਮ ਸਿੰਘ ਜਿਹਦੇ ਖੂਹ ਦੇ ਉੱਪਰ ਬਿਲਕੁਲ ਵਧੀਆ ਤਰੀਕੇ ਨਾਲ ਵੇਲਣਾ ਲੱਗਾ ਹੋਇਆ ਅਤੇ ਉੱਥੇ ਹੀ ਗੁੜ ਵੀ ਬਣ ਰਿਹਾ ਵਾ ਸਾਰੇ ਬੰਦੇ ਕਰੀ ਜਾਂਦੇ ਮਿਹਨਤਾਂ ਅਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਘਰ ਦਾ ਗੁੜ ਅਤੇ ਬਹੁਤ ਵਧੀਆ ਤਰੀਕੇ ਨਾਲ ਨਿਕਲ ਰਿਹਾ ਜੀ ਨਾਲ ਜੀ ਅਤੇ ਦੇਖੋ ਜਦੋਂ ਵੀ ਗੁੜ ਖਾਣਾ ਹੋਵੇ ਤਾਂ ਇੱਥੇ ਤੁਸੀਂ ਪਹੁੰਚ ਸਕਦੇ ਹੁਣ ਇੱਥੇ ਪਹੁੰਚੇ ਹੋਏ ਹਾਂ ਨਾਲੇ ਰੋਹ ਪੀ ਜਾਈਦੀ ਆ ਨਾਲੇ ਖਾਈਏ ਦਾ ਗੁੜ ਅਤੇ ਲਈਦੇ ਆ ਪੂਰੇ ਨਜ਼ਾਰੇ ਜ਼ਿੰਦਗੀ ਦੇ ਅਤੇ ਆਪਣੇ ਭੈਣ ਭਰਾਵਾਂ ਦਾ ਇਹ ਫਾਇਦਾ ਹੁੰਦਾ ਮੈਂ ਕਿਹਾ ਚਲੋ ਜਿਹੜੇ ਸ਼ਹਿਰਾਂ ਵਿੱਚ ਬੈਠੇ ਆ ਪ੍ਰਦੇਸ਼ਾਂ 'ਚ ਬੈਠੇ ਆ ਅਤੇ ਪਿੰਡਾਂ ਵਿੱਚ ਦੇਖ ਲਓ ਵੀ ਇਸ ਤਰੀਕੇ ਨਾਲ ਗੁੜ ਨਿਕਲਦਾ ਜੀ ਬਣਦਾ ਆ ਅਤੇ ਪਹਿਲੇ ਰਸ ਅਤੇ ਗੰਨਿਆਂ 'ਚੋਂ ਨਿਕਲਦੀ ਰਸ ਦਾ ਭਰਦਾ ਟੱਪ ਭਰਨ ਤੋਂ ਬਾਅਦ ਦੇ ਵਿੱਚ ਅਤੇ ਉੱਧਰ ਕੜਾਹੀ ਦੇ ਵਿੱਚ ਪਹੁੰਚ ਕੇ ਅਤੇ ਫਿਰ ਉਹ ਰੋਹ ਨੇ ਉਬਲਣਾ ਵਾ ਉਹਦੇ ਵਿੱਚੋਂ ਮੈਲ ਕੱਢ ਕੇ ਵਧੀਆ ਤਰੀਕੇ ਨਾਲ ਗੁੜ ਦੀਆਂ ਪੇਸੀਆਂ ਵੀ ਲਾਈਆਂ ਜਾਂਦੀਆਂ ਅਤੇ ਆਹ ਦੇਖ ਲਓ ਕਿੰਨੇ ਰੁੱਖ ਲੱਗੇ ਅਤੇ ਕਿੰਨਾ ਵਾਤਾਵਰਨ ਵਧੀਆ ਆ ਇਸ ਵਾਤਾਵਰਨ ਦੇ ਵਿੱਚ ਤਿਆਰ ਹੁੰਦਾ ਜੀ ਗੁੜ ਇਹ ਜਿਹੜੀ ਜਿਹੜੀ ਗੰਨੇ ਦੇ ਨਾਲੋਂ ਲੱਭਦੀ ਆ ਜਿਹੜੀ ਖੋਰੀ ਅਤੇ ਇਹਦੇ ਵੀ ਨਾਲੋਂ ਨਾਲ ਫਿਰ ਅੱਗ ਬਲੀ ਜਾਂਦੀ ਹੈ ਅਤੇ ਸੁੱਕ ਜਾਂਦੀ ਧੁੱਪੇ ਦੇ ਨਾਲ ਨਾਲ ਕਾਹੀ ਰੱਖੀ ਯਾਰੇ ਅਤੇ ਕਾਹੀ ਦੀ ਜਿੱਦਾਂ ਅੱਗ ਵਧੀਆ ਤਰੀਕੇ ਨਾਲ ਫਿਰ ਬਲਦੀ ਜਾਂਦੀ ਨਾਲ ਨਾਲ ਉਹ ਸੁੱਕੀ ਹੁੰਦੀ ਆ ਅਤੇ ਇੱਦਾਂ ਫਿਰ ਰੋਹ ਨੂੰ ਟੱਪ ਭਰ ਭਰ ਕੇ ਲਿਆ ਕੇ ਕੜਾਹੀ ਦੇ ਵਿੱਚ ਵੱਡੇ 'ਚ ਰਿੰਨਿਆ ਜਾਂਦਾ ਵਾ ਅਤੇ ਫਿਰ ਆ ਮੈਲ ਕੱਢੀ ਜਾਂਦੀ ਆ ਸਾਈਡ ਤੋਂ ਜਿਹੜੀ ਗੰਨੇ ਦੇ ਉੱਤੇ ਜਿਹੜੀ ਮੈਲ ਹੁੰਦੀ ਮਾੜੀ ਮੋਟੀ ਅਤੇ ਉਹ ਸਾਈਡ ਤੋਂ ਲੱਥੀ ਜਾਵੇ ਫਿਰ ਪੇਸੀਆਂ ਵਧੀਆ ਤਰੀਕੇ ਨਾਲ ਬਣਦੀਆਂ ਜਾਂਦੀਆਂ ਜੀ ਅਤੇ ਅੱਜ ਮੈਂ ਕਿਹਾ ਸਾਰਿਆਂ ਜੀ ਭੈਣ ਭਰਾਵਾਂ ਦਿਖਾਉਂਦੇ ਹਾਂ ਜੀ ਅਤੇ ਪਿੰਡ ਖੇੜਾ ਦੋਨਾਂ 'ਚ ਬਣ ਰਿਹਾ ਗੁੜ ਦੇਖੋ ਜੀ ਸਰਦਾਰ ਮਨਜੀਤ ਸਿੰਘ ਜੀ ਬਣਾ ਰਿਹਾ ਗੁੜ ਅਤੇ ਜਿੰਨੇ ਵੀ ਪ੍ਰਦੇਸ਼ਾਂ 'ਚ ਪਿੰਡ ਵਿੱਚ ਦੇਖ ਰਹੇ ਆ ਇਸ ਤਰੀਕੇ ਨਾਲ ਜੀ ਗੁੜ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਜੀ ਇਹ ਆਪਣੇ ਘਰਾਂ 'ਚ ਜਿਹੜਾ ਖਾਣ ਵਾਲਾ ਗੁੜ ਆ ਅਤੇ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਅਤੇ ਸ਼ੁੱਧ ਘਰ ਦਾ ਬਣਿਆ ਹੋਇਆ ਦੇਸੀ ਗੁੜ ਜਿੱਦਾਂ ਦੇਸੀ ਘੀ ਆਪਾਂ ਕਹਿ ਦਿੰਦੇ ਘਰ ਦੇ ਬਣੇ ਨੂੰ ਅਤੇ ਘਰ ਦਾ ਬਣਿਆ ਹੋਇਆ ਦੇਸੀ ਗੁੜ ਤਾਂ ਵਧੀਆ ਤਰੀਕੇ ਦਾ ਲਓ ਜੀ ਇੱਦਾਂ ਲੱਗਦੀਆਂ ਜੀ ਪੇਸੀ ਬਲੀ ਜਾਂਦਾ ਅੱਗ ਇਹ ਪੁਰਾਣੇ ਤਜ਼ਰਬੇ ਆ ਦੇਖ ਲਓ ਵੀ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦੇ ਇਹੋ ਜਿਹੇ ਨਾਲ ਨਾਲ ਕੰਮ ਸਿੱਖਣੇ ਵੀ ਤਾਂ ਕਰਕੇ ਵੀਡੀਓ ਬਣਾਉਣ ਲੱਗੇ ਹਾਂ ਅਤੇ ਜਿੱਦਾਂ ਸਰਦਾਰ ਮਨਜੀਤ ਸਿੰਘ ਜੀ ਬਣਾ ਰਿਹਾ ਗੁੜ ਅਤੇ ਇੱਦਾਂ ਹੀ ਤੁਸੀਂ ਵੀ ਗੁੜ ਬਣਾਇਆ ਕਰੋ ਕਿਸਾਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਦੇਖ ਲਓ ਇਹ ਹਰੇਕ ਚੀਜ਼ ਤਿਆਰ ਕਰਨ ਵਾਸਤੇ ਅਤੇ ਹਰੇਕ ਨੁਕਤਾ ਅਤੇ ਆਪਣੇ ਕਿਸਾਨ ਵੀਰਾਂ ਕੋਲ ਹੁੰਦਾ ਅਤੇ ਜਿਹੜਾ ਤੁਹਾਨੂੰ ਦੇ ਰਹੇ ਆ ਇਸ ਕਰਕੇ ਕਹਿੰਦੇ ਹਾਂ ਵੀ ਕਿਸਾਨ ਜਿੱਥੇ ਵੀ ਰਹਿਣ ਤਾਂ ਹਮੇਸ਼ਾ ਜਿੰਦਾਬਾਦ ਰਹਿਣ ਕਿਉਂਕਿ ਬੜੀਆਂ ਮਿਹਨਤਾਂ ਨਾਲ ਆਪਣੇ ਵਾਸਤੇ ਇਹ ਚੀਜ਼ਾਂ ਤਿਆਰ ਕਰਦੇ ਆ ਜੀ ਤਾਂ ਦੇਖ ਲਓ ਸਾਰੇ ਤੁਸੀਂ ਬਹੁਤ ਬਹੁਤ ਧੰਨਵਾਦ ਆ ਸਰਦਾਰ ਮਨਜੀਤ ਸਿੰਘ ਦਾ ਸਾਨੂੰ ਅੱਜ ਵੀਡੀਓ ਬਣਾਉਣ ਦਾ ਇੱਥੇ ਆਣ ਕੇ ਮੌਕਾ ਮਿਲਿਆ ਅਤੇ ਨਾਲੇ ਗਰਮ ਗਰਮ ਖਾਧਾ ਗੁੜ ਜੀ ਇੱਦਾਂ ਚੱਲਦਾ ਇਹ ਬਣ ਗਿਆ ਜੀ ਗਰਮਾ ਗਰਮ ਗੁੜ।